31 seconds, and we're going for auto sequence start. Sukalji, Jianu, welcome to UK Bhangra Culture with me, Sukhi Bhatt. And you know what? The stools keep coming out. We keep asking them for the sofas, but you know, the producers and the channel just won't give us the sofas. They said, "Tu stool te bitha changa lagda." Okay, so thank you very much for inviting us into your home once again. And thank you very much for tuning into BritAsia. And of course, this is UK Bhangra Culture. Just a couple of hellos and thank yous, I must say, to everybody. Kyunki tusi ਆਪਣਾ ਟਾਈਮ ਸਾਡੇ ਵਾਸਤੇ ਕਰਦੇ ਹੋ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਆਪਣਾ ਟਾਈਮ ਤੁਹਾਡੇ ਵਾਸਤੇ ਕਰੀਏ ਸੋ ਥੈਂਕ ਯੂ ਸੋ ਮਚ ਟੂ ਰੌਕੀ ਗਰਚਾ ਸਾਹਿਬ ਟੂ ਗਰਪ ਸਿੰਗਸਟਰ ਰਾਟਰਾ who's said so many lovely words. Thank you so much for your kind email. It's absolutely wonderful. Balraj Singh wants me to say a big hello to the Bristol crew. So huge, huge, mighty, chakde fate, pure Punjabi, big hello to all the Bristol crew. Or sare Bristol wale anu vi sat sri akaal. Amrit Singh, thank you very much. Big hello to Aaron Singh Oppo, whose birthday it was. To his mom, Tina Benji, atonu badi pyar padi sat sri akaal. And also to Dr. Kevin Singh Oppo as well. They're all related, okay? So sat sri akaal to you as well. ਪ੍ਰੇਮ ਸਿੰਘ ਭਾਜੀ ਸਾਨੂੰ ਮੈਨੂੰ ਟੈਸਕੋ ਦੇ ਵਿੱਚ ਮਿਲੇ ਸੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਸਾਡਾ ਨਾਮ ਵੀ ਲੈ ਦਿਆ ਕਰੋ ਮੈਂ ਕਿਹਾ ਭਾਜੀ ਤੁਹਾਡੇ ਕੀ ਨਾਂ ਆ ਕਹਿੰਦਾ ਪ੍ਰੇਮ ਸੋ ਭਾਜੀ ਪ੍ਰੇਮ ਭਾਜੀ ਸਤਿ ਸ੍ਰੀ ਅਕਾਲ ਤੁਹਾਨੂੰ ਬੜੀ ਪਿਆਰ ਭਰੀ ਮੁਹੱਬਤ ਭਰੀ ਸਤਿ ਸ੍ਰੀ ਅਕਾਲ ਐਂਡ ਆਲਸੋ ਜਿਹੜੇ ਜਿਹੜੇ ਮੇਰੇ ਵੀਰ ਹਾਲੇ ਤੱਕ ਵੀ ਮੇਰੀਆਂ ਭੈਣਾਂ ਵੀ ਸਰਤਾਜ ਇੰਟਰਵਿਊ ਦਾ ਜ਼ਿਕਰ ਕਰ ਰਹੇ ਨੇ ਉਸ ਦੇ ਬਾਰੇ ਮੈਨੂੰ ਈਮੇਲ ਭੇਜ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਟਸ ਦੀ ਐਕਚੁਅਲ ਦੀ ਗੈਸਟ ਹੂ ਮੇਕਸ ਦਿਸ ਪ੍ਰੋਗਰਾਮ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਕਪਲ ਆਫ ਪੀਪਲ ਪੰਜਾਬੀ ਚੈਲਸੀ ਥੈਂਕ ਯੂ ਵੈਰੀ ਮਚ ਨਾਓ ਆਈ ਡੋਨਟ ਨੋ ਇਫ ਯੂ ਚੈਲਸੀ ਫਰਮ ਦ ਫੁੱਟਬਾਲ ਟੀਮ ਔਰ ਯੂ ਚੈਲਸੀ ਬਟ ਯੂ ਪੰਜਾਬੀ ਇਫ ਯੂ ਨੋ ਵਾਟ ਆਈ ਮੀਨ ਤੈਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਨੀਤ ਤੁਹਾਨੂੰ ਬੜਾ ਪਿਆਰ ਥੈਂਕ ਯੂ ਵੈਰੀ ਮਚ ਤੁਸੀਂ ਬੜੇ ਸੋਹਣੇ ਸੋਹਣੇ ਲਵਜ਼ ਮੇਰੇ ਵਾਸਤੇ ਕਹੇ ਪਰ ਤੁਸੀਂ ਕਾਰਡ ਚੀਕੀ ਹੋ ਕਿਉਂਕਿ ਤੁਸੀਂ ਮੈਨੂੰ ਇੱਦਾਂ ਐਵਰੀ ਟਾਈਮ ਪੁੱਛਦੇ ਭਾਜੀ ਯੂ ਇੰਟਰਵਿਊ ਇਜ਼ ਵੰਡਰਫੁਲ ਹੂਜ਼ ਨੈਕਸਟ ਯੂ ਨੋ ਵਾਟ ਮੈਨੂੰ ਖੁਦ ਨਹੀਂ ਪਤਾ ਕਿ ਹੂ ਇਜ਼ ਕਮਿੰਗ ਨੈਕਸਟ ਇਜ਼ ਵੈਲ ਇਟਸ ਅ ਟੌਪ ਸੀਕਰੇਟ ਨਾਟ ਦੈਟ ਵੀ ਨਾਟ ਪਲਾਨਡ ਟੂ ਐਨੀਥਿੰਗ ਇਟਸ ਆਲ ਪਲਾਨਡ ਐਂਡ ਦ ਪ੍ਰੋਗਰਾਮ ਕਮਸ ਆਊਟ ਬਟ ਬਿਕਾਜ਼ ਆਫ ਇਟ ਬੀਇੰਗ ਅ ਟੌਪ ਸੀਕਰੇਟ ਯੂ ਨੋ ਐਸ ਸੂਨ ਐਸ ਆਈ ਵਾਕ ਇਨ ਦੈਟਸ ਵੈਨ ਦੇ ਟੈਲ ਮੀ ਓਕੇ ਸੋ ਰਵਨੀਤ ਜਸਟ ਕੀਪ ਵਾਚਿੰਗ ਐਂਡ ਯੂ ਨੋ ਸਮਟਾਈਮਸ ਇਟਸ ਗੁੱਡ ਟੂ ਹੈਵ ਅ ਸਰਪ੍ਰਾਈਜ਼ ਐਸ ਵੈਲ ਜਸਦੀਪ ਕੰਬੋ ਗਲਾਸਗੋ ਤੋਂ ਉਹਨਾਂ ਨੇ ਯਾਦ ਕੀਤੇ ਕਹਿੰਦੇ ਮੇਰੇ ਡੈਡੀ ਨੇ 10 ਵਾਰੀ ਸਰਤਾਜ ਵਾਲੇ ਇੰਟਰਵਿਊ ਦੇਖ ਚੁੱਕੇ ਨੇ Interview badi changi si. Thank you to UK Bhangra Culture. Thank you to the team for bringing that interview to them. So thank you very much. Tuhanu dekhan da. And last but not least, Rubal Singh. Bhai ji, tusi zikr kita si sartaaj hona de ek comment te jo ki unhan ne dastar de bare comment kita si ga. Unhan nu main question puchha si ki bhai ji, tusi dastar bandde ho par apne baal tusi bahar rakhde ho dastar to. Aur main eh janna chahunda aur kai hor vi ghar baithe vi eh janna chahunde ki tusi eh kyon karde ha. ਔਰ ਤੁਸੀਂ ਭਾਜੀ ਕਿਹਾ ਕਿ ਸਰਤਾਜ ਸਾਹਿਬ ਜੀ ਉਹਨਾਂ ਦਾ ਜੋ ਉਹਨਾਂ ਦਾ ਉੱਤਰ ਸੀਗਾ ਕਿ ਦਸਤਾਰ ਇਕੱਲੀ ਸਿੱਖਿਜ਼ਮ ਦੇ ਨਾਲ ਸਿੱਖੀ ਦੇ ਨਾਲ ਇਹ ਰਿਲੇਸ਼ਨ ਰੱਖਦੀ ਦਸਤਾਰ ਇੱਕ ਸਰਦਾਰੀ ਦਾ ਨਿਸ਼ਾਨ ਹੈ ਔਰ ਜੋ ਲੋਕ ਸਿੱਖ ਨਹੀਂ ਹਨ ਉਹ ਵੀ ਦਸਤਾਰ ਬੰਨਦੇ ਹਨ ਇਹ ਸਰਤਾਜ ਸਾਹਿਬ ਜੀ ਦਾ ਪੁਆਇੰਟ ਸੀਗਾ ਇਹ ਉਹਨਾਂ ਦਾ ਸੋਰਟ ਆਫ ਦੈਟ ਵਾਸ ਹੀ ਇਜ਼ ਵੇ ਆਫ ਲੁਕਿੰਗ ਐਟ ਦਸਤਾਰ ਔਰ ਤੁਸੀਂ ਮੇਰਾ ਪੁੱਛਿਆ ਆਈ ਕਾਂਟ ਰੀਲੀ ਸੇ ਕਰਕੇ ਮੇਰਾ ਫਰਜ਼ ਹੈ ਕੁਐਸਚਨ ਪੁੱਛਣਾ ਸੋ ਜੋ ਵੀ ਮੇਰੇ ਗੈਸਟ ਉਹ ਕਹਿਣਗੇ ਤੁਹਾਨੂੰ ਉਹਨਾਂ ਦਾ ਸਿਰ ਮੱਥੇ ਕਰਨਾ ਪਊ ਬਾਕੀ ਤੁਸੀਂ ਆਪਣੇ ਪਰਿਵਾਰ 'ਚ ਬਹਿ ਕੇ ਸਲਾਹ ਕਰ ਲਿਓ ਟੋਕ ਮਾਈ ਗੈਸਟ ਆਈ ਹੈਵ ਅ ਗ੍ਰੇਟ ਗ੍ਰੇਟ ਗੈਸਟ ਨੈਕਸਟ ਆਈ ਐਮ ਨਾਟ ਗੋਇੰ ਟੂ ਗਿਵ ਹਿਮ ਅਵੇ ਸਟ੍ਰੇਟ ਅਵੇ ਲੈਟਸ ਚੈੱਕ ਹਿਮ ਆਊਟ ਇਨ ਐਕਸ਼ਨ ਫਰਸਟ ਹੇਅਰ ਹੀ ਇਜ਼ ਪਾਵਾ ਕੁੜਤੀ ਦੀ ਜੋਬ ਪੂਰੀ ਜਿਹੜਾ ਹਿੱਕ ਦੇ ਹੇਠ ਪਿਆ
There you go. You know who it is, Ravneet. You know who's coming up next. It is the one and only Kulwinder Jol. But before that, I just want to say a big up to all the Brit Asia superstars who took part the other day, who were with me, who got through to the finals, to the quarterfinals, to the semifinals, wherever you are. I just want to say those people who didn't make it, don't stop, okay? And my next guest will tell you why you should never give up. Keep trying. Whatever your passion is, hang on to it. Hold on to it and keep trying. So let's welcome the one and only Sade Bade Paji, Kulwinder Jol Saab. Paji, Sat Sri Akaal. Sat Sri Akaal. Ji, aaye ne program de paar langa de vich sanu thode jeh dur bitha ditta ajj ne. Koi gall nahi, aapa auto ke mil langa. Paji, ki haal chaal? Bahut vadhiya ji. Theek thaak paji, main British superstar da zikr karda si jo ki program chal reha hai is vele, aur kai wari ਜਦੋਂ ਬੰਦੇ ਨੂੰ ਨਾ ਹੋ ਜਾਂਦੀ ਹੈ, ਦਿਲ ਬੜਾ ਟੁੱਟ ਜਾਂਦਾ, ਤੇ ਮੈਂ ਇੱਦਾਂ ਕਿਹਾ ਕਿ ਤੁਸੀਂ ਇੰਸਪੀਰੇਸ਼ਨ ਹੋ ਸਾਰਿਆਂ ਵਾਸਤੇ, ਕਿਉਂਕਿ ਮੈਂ ਇੱਦਾਂ ਕਹਿਣਾ ਤੇ ਨਹੀਂ ਚਾਹੁੰਦਾ ਕਿ ਤੁਹਾਡੀ ਉਮਰ ਜ਼ਿਆਦਾ ਸੀਨੀਅਰ ਆ, ਪਰ ਬੰਦੇ ਨੂੰ ਜਦੋਂ ਤੁਹਾਨੂੰ ਪਰਮਾਤਮਾ ਨੇ ਟਾਈਮ ਦਿੱਤਾ ਉਦੋਂ ਹੀ ਤੁਹਾਡੀ ਵਾਰੀ ਆਉਣੀ ਹੈ ਨਾ। ਸੋ ਇਟਸ ਰੀਅਲੀ ਨਾਈਸ ਭਾਜੀ ਕਿ ਤੁਸੀਂ ਤੁਹਾਡੇ ਜੋਲ ਬੋਲੀਆਂ ਸੁਪਰ ਹਿੱਟ, ਉਸ ਤੋਂ ਪਹਿਲਾਂ ਚਿੱਠੀਆਂ ਸਾਹਿਬਾਂ ਜੱਟੀ ਨੇ ਸੁਪਰ ਹਿੱਟ, ਪਰ ਪਹਿਲਾਂ ਤੁਸੀਂ ਜੇ ਸਤਿ ਸ੍ਰੀ ਅਕਾਲ ਕਹਿਣਾ ਮੈਂ ਤਾਂ ਬੋਲੀ ਜਾਣਾ। ਦੇਖੋ ਚਲੋ, ਜੇ ਮੈਂ ਸੋਚਿਆ ਸੀ ਜਦੋਂ ਟਾਈਮ ਤੁਸੀਂ ਦਓਗੇ ਫੇਰ ਹੀ ਕਰ ਲੈਂਦੇ ਆ, ਤੇ ਪਹਿਲਾਂ ਤਾਂ ਮੈਂ ਕੁਲਵਿੰਦਰ ਜੋਲ ਆਪਣੇ ਵੱਲੋਂ ਸਾਰੇ ਬ੍ਰਿਟਿਸ਼ ਦੇਖਣ ਵਾਲਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦਾ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਸਾਰੇ ਗੀਤਾਂ ਨੂੰ, ਸਾਡੀ ਸਾਰੀ ਟੀਮ ਦੇ ਥਰੂ, ਸਕੂਲ ਦੇ ਨਾਲ, ਕੇਓਸ ਪ੍ਰੋਡਕਸ਼ਨ ਦੇ ਨਾਲ, ਜਿੰਨਾ ਵੀ ਅਸੀਂ ਕੰਮ ਕੀਤਾ ਰਲ ਕੇ, ਉਹਨੂੰ ਤੁਸੀਂ ਸਲਾਹਿਆ ਅਤੇ ਸਾਨੂੰ ਸ਼ਾਬਾਸ਼ ਦਿੱਤੀ ਆ, ਅਤੇ ਸਾਡਾ ਹੌਸਲਾ ਵਧਾਇਆ। ਇਸ ਗੱਲ ਲਈ ਮੈਂ ਸਾਰੇ ਸੁਣਨ ਵਾਲਿਆਂ ਅਤੇ ਦੇਖਣ ਵਾਲਿਆਂ ਦਾ ਲੱਖ ਲੱਖ ਧੰਨਵਾਦ ਕਰਦਾ। ਵੈਰੀ ਗੁੱਡ। ਸੋ ਕੁਲਵਿੰਦਰ ਭਾਜੀ, ਓਬਵੀਅਸਲੀ ਕਾਫੀ ਦੇਰ ਹੋ ਗਈ ਇਸ ਇੰਡਸਟਰੀ ਦੇ ਵਿੱਚ, ਪਰ ਪਰਮਾਤਮਾ ਨੇ ਟਾਈਮ ਲਿਆ, ਤੇ ਜਿੱਥੋਂ ਮੈਂ ਗੱਲ ਛੱਡੀ ਸੀਗੀ ਕਿ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਤੁਸੀਂ ਦੱਸੋ ਵੀ ਕਿੰਨੇ ਚਿਰ ਤੋਂ ਹੋ ਗਿਆ ਇਸ ਲਗਨ, ਇਸ ਸੰਗੀਤ ਦੇ ਨਾਲ ਤੁਹਾਡਾ ਲਗਨ? ਸੰਗੀਤ ਦੀ ਇੱਦਾਂ ਵੀ ਜਦ ਦਾ ਮੈਂ ਤਾਂ ਜਦ ਤੋਂ ਸਵਰ ਤਾਂ ਸੰਭਾਲੀ ਆ, ਉਦੋਂ ਤੇ ਜਾਣੀ ਦਾ ਆਪਣੇ ਆਪ ਨੂੰ ਗਾਉਂਦਾ ਹੀ ਪਾਇਆ, ਚਾਹੇ ਮੱਝਾਂ ਚਾਰਦੇ ਆ, ਚਾਹੇ ਹਲ ਟੱਕਦੇ ਆ, ਹਲ ਚਲਾਉਂਦੇ ਆ, ਸਕੂਲੇ ਆ, ਕਿਤੇ ਵੀ ਆ, ਆਪਣੇ ਆਪ ਨੂੰ ਖਰੇ ਕਈ ਵਾਰੀ ਹਨੇਰੇ ਚ ਤੁਰੇ ਫਿਰਦੇ ਡਰਦੇ ਮਾਰੇ ਵੀ ਗਾਉਂਦੇ ਰਹੇ ਜਾਂਦੇ ਵੀ ਭੂਤ ਭਾਤ ਨਾ ਚੁੰਬੜ ਜੇ। ਗਾਉਣ ਨੇ ਬਹੁਤ ਸਾਥ ਦਿੱਤਾ ਮੇਰਾ ਸਾਰੀ ਲਾਈਫ ਜ਼ਿੰਦਗੀ ਦੇ ਵਿੱਚ, ਤੇ ਪਰ ਇਸ ਕੰਮ ਲਈ ਜਿੱਦਾਂ ਕੈਮਰੇ ਮੂਹਰੇ ਬਹਿ ਕੇ ਤੁਹਾਡੇ ਨਾਲ ਇੰਟਰਵਿਊ ਕਰਨ ਲਈ, ਏਦਾਂ ਹਜੇ ਤੱਕ ਵੀ ਨਹੀਂ ਸੋਚਿਆ ਸੀ ਕਿ ਮੈਂ ਏਦਾਂ ਗਾਉਣਾ ਹੈ, ਤੇ ਇਹ ਸਾਰਾ ਪਰਮਾਤਮਾ ਦਾ ਹੀ ਖੇਲ ਆ, ਜਦੋਂ ਉਹਨੇ ਲੈ ਕੇ ਆਉਣਾ ਤੁਹਾਡੇ ਕੋਲ ਉਹਦੇ ਲੈ ਕੇ। ਜੀ, ਇੱਥੇ ਗੱਲ ਸੀਗੀ ਕਿ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਕਿ ਕਾਫੀ ਚਿਰ ਤੋਂ ਗਾਉਂਦੇ ਆ, ਪਰ ਕਾਫੀ ਵਾਰੀ ਬੰਦੇ ਨੂੰ ਨਾ ਵੀ ਹੋ ਜਾਂਦੀ ਆ, ਔਰ ਇਹ ਹਿੰਮਤ ਨਹੀਂ ਹਾਰਨੀ ਚਾਹੀਦੀ, ਹੌਸਲਾ ਨਹੀਂ ਛੱਡਣਾ ਚਾਹੀਦਾ, ਔਰ ਕਿਸੇ ਦੇ ਨਾਲ ਤੁਸੀਂ ਮੈਨੂੰ ਸਿਖਾ ਲਿਆ ਪੰਜਾਬੀ ਦਾ ਵਰਡ ਕਿਹੜਾ, ਦਰਿੰਦਾ ਦਰਾਂਡਾ ਦਰਾਂਡਾ ਨਹੀਂ ਕਰਨਾ ਚਾਹੀਦਾ, ਵੀ ਜਦੋਂ ਤੁਹਾਡੀ ਵਾਰੀ ਉਦੋਂ ਹੀ ਤੁਹਾਨੂੰ ਮਿਲਣਾ ਹੈ ਨਾ। ਹਾਂਜੀ ਹਾਂਜੀ, ਤੇ ਮੇਰੇ ਇਹ ਵੀ ਗੱਲ ਹੈ ਵੀ ਮੈਂ ਆਪਣੇ ਕੋਲ ਹਾਰਮੋਨੀਅਮ ਤਾਂ 1988 ਦਾ ਲਿਆ ਆ। ਅੱਛਾ ਜੀ। ਤੇ ਗਾਉਣ ਦਾ ਸ਼ੌਕ ਵੀ ਸੀ ਵੀ ਕੋਸ਼ਿਸ਼ ਕਰਦੇ, ਫਿਰ ਕਈ ਵਾਰੀ ਗਿਆ ਵੀ ਸਿੱਖਣ ਵਾਲਿਆਂ ਦੇ ਕੋਲ, ਤੇ ਜੇ ਕਿਤੇ ਸਿਖਾਲਣ ਵਾਲੇ ਨੇ ਮੈਨੂੰ ਇੱਕ ਦੋ ਵਾਰੀ ਸੱਦਿਆ ਵੀ ਸਾਰੇ ਗਾਵਾਂ ਦੇ ਸ਼ੁਰੂ ਕੀਤੇ, ਤੇ ਮੇਰੇ ਆਪਣੇ ਫੈਮਿਲੀ ਦੇ ਕੋਈ ਨਾ ਕੋਈ ਪਰਿਵਾਰ ਦੇ, ਕਿਉਂਕਿ ਵਿਆਹੇ ਬਾਰੇ ਨਿਆਣੇ ਨਿੱਕੇ ਵਾਲੇ ਸੀਗੇ ਉਦੋਂ, ਤੇ ਪਰ ਟਾਈਮ ਹੀ ਨਹੀਂ ਲੱਗਾ ਮੇਰੇ ਕੋਲ ਇੱਦਾਂ ਸਿੱਖਣ ਦਾ, ਤੇ ਕੋਸ਼ਿਸ਼ ਮੈਂ ਬਥੇਰੀ ਕੀਤੀ ਵੀ ਇੱਧਰ ਫੀਲਡ ਦੇ ਵਿੱਚ ਹੱਥ ਪੈਰ ਮਾਰਾਂ, ਤੇ ਹੁਣ ਨਿਆਣੇ ਤਕੜੇ ਹੋ ਗਏ, ਮੈਂ ਥੋੜ੍ਹਾ ਜ਼ਿੰਮੇਵਾਰੀਆਂ ਤੋਂ ਵਿਹਲਾ ਜਿਹਾ ਹੋ ਗਿਆ, ਮੈਂ ਕਿਹਾ ਚਲੋ ਹੁਣ ਫੇਰ ਟਰਾਈ ਕਰ ਲੈਂਦੇ ਹਾਂ, ਵੀ ਭਾਵੇਂ ਅਜੇ ਉਮਰ ਐਡੀ ਜ਼ਿਆਦਾ ਵੀ ਨਹੀਂ ਹੋਈ। ਭਾਜੀ ਬੜੇ ਸਲਿੱਕ ਲੱਗਦੇ ਹੋ, ਮੈਂ ਤੁਹਾਨੂੰ ਕੀ ਕਹਾਂ। ਸ਼ਿਨ ਭਾਜੀ TCS ਵਾਲਿਆਂ ਨੇ ਮੇਰੀ ਗੱਲ, ਕਹਿੰਦਾ ਸੁੱਕੀ ਤੂੰ ਸਲਿੱਕ ਬਣ ਕੇ ਰਿਹਾ ਕਰ, ਮੈਂ ਕਿਹਾ ਹਾਂ ਕੁਲਵਿੰਦਰ ਭਾਜੀ ਹੁਣਾਂ ਵੱਲ ਦੇਖ ਕੇ ਸਟਾਈਲ ਏਦਾਂ ਬਣੇ, ਪਰ ਯੂ ਨੋ ਤੁਸੀਂ ਬੜੇ ਸਲਿੱਕ ਲੱਗਦੇ, ਦੱਸੋ ਹੁਣ ਕਿੱਦਾਂ ਫੇ ਓਬਵੀਅਸਲੀ ਭੰਗੜੇ ਦੇ ਵਿੱਚ ਤਾਂ ਆ ਗਿਆ, ਵੀ ਆਪਣੇ ਸਿਹਤ ਦਾ ਕਿੱਦਾਂ ਖਿਆਲ ਰੱਖਦੇ? ਸਿਹਤ ਦਾ ਫਿਰ ਮੱਲੋ ਮੱਲੀ ਰੱਖਣਾ ਪੈਂਦਾ ਜੀ, ਜਦੋਂ ਤੁਸੀਂ ਕਿਸੇ ਦੇ ਸਾਹਮਣੇ ਜਾਣਾ ਤੇ ਫਿਰ ਥੋੜ੍ਹਾ ਬਹੁਤ ਆਪਣੇ ਆਪ ਨੂੰ ਬਣਾਉਣਾ ਤਾਂ ਪੈਂਦਾ ਉੱਦਾਂ ਦਾ, ਤੇ ਮੈਂ ਕਾਫੀ ਆ ਜਦੋਂ ਤੋਂ ਪਹਿਲੀ ਟੇਪ ਦੇ ਵਿੱਚ ਮੈਂ ਕਾਫੀ ਸਰੀਰ ਮੇਰਾ ਭਾਰਾ ਸੀਗਾ, ਫਿਰ ਸਾਰੇ ਸੁਣਨ ਵਾਲੇ ਦੇਖਣ ਵਾਲੇ ਕਹਿੰਦੇ ਨਹੀਂ ਵੀ ਆਹ ਵੀ ਨਾਲ ਦੀ ਨਾਲ ਗਾਉਣ ਦੇ ਨਾਲ ਨਾਲ ਸਰੀਰ ਦਾ ਵੀ ਖਿਆਲ ਰੱਖਣਾ ਚਾਹੀਦਾ, ਤੇ ਮੈਂ ਫਿਰ ਥੋੜਾ ਬਹੁਤਾ ਦੌੜ ਭੱਜ ਸ਼ੁਰੂ ਕਰ ਲਈ, ਜਿਮ ਚ ਜਾਈਦਾ, ਮਾੜਾ ਮੋਟਾ ਛਾਲਾ ਛੂਲਾ ਮਾਰੇ ਦੀਆਂ ਤਾਂ ਇਹਦੇ ਨਾਲ ਫਿਰ ਗੁੱਡ ਚੀਜ਼ ਹੋ ਗਈ ਐਕਚੁਅਲੀ, ਹੈ ਨਾ, ਕਿਉਂਕਿ ਓਬਵੀਅਸਲੀ ਸਿਹਤ ਦਾ ਖਿਆਲ ਰੱਖਣ ਦੇ ਨਾਲ ਬੰਦੇ ਦੀ ਉਮਰ ਵੀ ਲੰਬੀ ਹੋ ਜਾਂਦੀ ਆ। ਹਾਂਜੀ, ਦੋ ਪਾਸੇ ਤੋਂ ਬੈਨੀਫਿਟ ਮਿਲਦਾ ਮੈਨੂੰ, ਇੱਕ ਤਾਂ ਨਾਲੇ ਸਿਹਤ ਠੀਕ ਹੁੰਦੀ ਆ, ਨਾਲੇ ਦੇਖਣ ਤੁਸੀਂ ਆ ਮੈਨੂੰ ਪਤਾ ਨਹੀਂ ਸਲਿੱਕ ਸਲਿੱਕ ਵੀ ਕਿਹਾ। ਨਹੀਂ ਨਹੀਂ ਸੀਰੀਅਸਲੀ ਭਾਜੀ, ਜੋ ਲਾਈਨ ਸਭ ਕੁਛ ਆਮ ਸ਼ੋਰ, ਤੁਸੀਂ ਮੈਚੁਰ ਮਾਡਲ ਲੱਗਦੇ ਹੋ, ਔਰ ਤੁਹਾਨੂੰ ਆਫਰ ਵੀ ਆਉਣ ਲੱਗ ਪੈਣੇ ਇਸ ਇੰਟਰਵਿਊ ਤੋਂ ਬਾਅਦ, ਫਿਕਰ ਨਾ ਕਰੋ। ਜੋ ਭਾਜੀ, ਥੋੜ੍ਹੀ ਜਿਹੀ ਮੱਝਾਂ ਚਾਰਨ ਦੇ ਵੱਲ ਜਾਈਏ, ਓਬਵੀਅਸਲੀ ਜੰਡਿਆਲਾ ਤੁਹਾਡਾ ਪਿੰਡ ਹੈ, ਡਿਸਟ੍ਰਿਕਟ ਜਲੰਧਰ, ਸਮਰਾਏ ਹਾਈ ਸਕੂਲ ਦੇ ਵਿੱਚ ਤੁਸੀਂ ਪੜ੍ਹਿਆ, ਥੋੜ੍ਹੀ ਜਿਹੀ ਉਸ ਟਾਈਮ ਦਾ ਦੱਸੋ ਕਿ ਉਦੋਂ ਤੁਸੀਂ ਕੀ ਕਰਦੇ ਹੁੰਦੇ ਸੀ ਜਦੋਂ ਯੰਗਸਟਰ ਹੁੰਦੇ ਸੀਗੇ ਇੰਡੀਆ? ਮੇਰਾ ਮੇਰੀ ਏਜ ਦੇ ਹਿਸਾਬ ਨਾਲ ਜਦੋਂ ਉਹਨਾਂ ਦਾ ਜਿਹੜੀ ਆ ਦੁਨੀਆ ਨੇ ਸਾਰੀ ਜ਼ਮਾਨੇ ਨੇ ਤਰੱਕੀ ਕੀਤੀ ਆ, ਇਹ ਸਿਰਫ ਜਦੋਂ ਤੋਂ ਮੈਂ 14-15 ਸਾਲ ਦਾ, ਉਦੋਂ ਬਾਅਦ ਇੱਕਦਮ ਜ਼ਮਾਨਾ ਸਾਰਾ ਚੇਂਜ ਹੋਇਆ, ਤੇ ਜਿਹੜੇ ਮੇਰੀ 13-14-15 ਸਾਲ ਤੋਂ ਥੱਲੇ ਥੱਲੇ ਦੀ ਉਮਰ ਆ, ਉਦੋਂ
ਉਦੋਂ ਤੋਂ ਲੈ ਕੇ ਤਾਂ ਇੱਕਦਮ ਉਹਨਾਂ 5-7 ਸਾਲਾਂ ਦੇ ਵਿੱਚ ਐਡਾ ਵੱਡਾ ਗੈਪ ਆ, ਯਾਨੀ ਮੈਂ ਆਪ ਦੇਖਿਆ, ਹੁਣ ਮੈਂ ਪਤਾ ਨਹੀਂ ਐਕਸਪਲੇਨ ਕਰ ਸਕਾਂ ਕਿ ਨਹੀਂ ਉਸ ਤਰੀਕੇ ਨਾਲ, ਕਿਉਂਕਿ ਮੈਂ ਜਦੋਂ 12-13 ਸਾਲ ਤੋਂ ਮੱਝਾਂ ਚਾਰਨੀਆਂ, ਹਲ ਠੱਕਣੇ ਤੇ ਹਲਾਂ ਦੀ ਖੇਤੀ ਇਹਨਾਂ ਚੀਜ਼ਾਂ ਦੇ ਵਿੱਚ ਸੀ, ਤੇ ਆਹ ਜਿਹੜਾ ਝੋਨਾ ਲਾਉਂਦੇ ਉਦੋਂ ਸਾਡੇ ਇਲਾਕੇ ਦੇ ਵਿੱਚ ਮੈਨੂੰ ਇੱਦਾਂ ਨਹੀਂ ਸੀ ਪਤਾ ਹੁੰਦਾ ਚੌਲ ਕਿਹੜੀ ਚੀਜ਼ ਨੂੰ ਲੱਗਦੇ ਆ। ਪਰ ਜਿਹੜਾ ਮੇਰਾ ਬਚਪਨ ਸੀ ਉਹ ਬਿਲਕੁਲ ਜਿਹੜੀ ਪੁਰਾਣੇ ਟਾਈਪ ਦਾ ਸੀ, ਜਾਨੀ ਮੱਝਾਂ ਚਾਰ ਬਲਦਾਂ ਵਾਲਾ ਮਸ਼ੀਨਰੀ ਮਸ਼ੀਨਰੀ ਜਾਨੀ ਉਦੋਂ ਸੀਗੀ, ਪਰ ਏਦਾਂ ਸਾਡੇ ਕੋਲ ਨੀ ਸੀਗੀ ਜੀ ਜੀ, ਪਰ ਉਦਾਂ ਅਸੀਂ ਮੈਂ ਆਪ ਚਲਾਈ ਨੀ, ਪਰ ਸੀਗੀ ਆਲੇ ਦੁਆਲੇ, ਪਰ ਇਕਦਮ ਚੇਂਜ ਆਈ, ਇਕਦਮ ਦੁਨੀਆ ਡਿਵੈਲਪ ਬਹੁਤ ਜ਼ਿਆਦਾ ਹੋਈ ਉਸ ਤੋਂ ਬਾਅਦ। ਠੀਕ ਹੈ ਜੀ, ਤੇ ਮੈਂ ਉਹ ਸਾਰਾ ਕੁਝ ਮੈਂ ਕਰਮਾਂ ਵਾਲਾ ਵੀ, ਜਾਨੀ ਮੈਂ ਹਲਟ ਦੀ ਗਾਂਧੀ ਤੇ ਬਹਿ ਕੇ ਬਲਦ ਵੀ ਹੱਕੇ ਆ, ਖਲ ਦੀ ਕੀਲੀ ਫੜ ਕੇ ਹਲ ਵੀ ਚਲਾਇਆ, ਭਾਵੇਂ ਥੋੜਾ ਥੋੜਾ ਸਵਾਦ ਹੀ ਦੇਖਿਆ ਪਰ ਕੀਤਾ ਸਾਰਾ। ਸਵਾਗੇ ਤੇ ਵੀ ਝੂਟਾ ਲਿਆ, ਸਵਾਗੇ ਤੇ ਝੂਟੇ ਆਪ ਚਲਾਇਆ, ਡੈਡੀ ਦੇ ਗੱਟਿਆਂ ਨੂੰ ਫੜ ਕੇ ਛੋਟੇ ਛੋਟੇ। ਡੈਡੀ ਤਾਂ ਪਹਿਲਾਂ ਮੈਂ ਛੋਟਾ ਸੀ ਜਦੋਂ ਇੱਧਰ ਆ ਗਿਆ ਸੀਗਾ, ਤੇ ਮੈਂ ਉਹਨੂੰ 12 ਸਾਲ ਬਾਅਦ ਆਇਆ ਇੱਧਰ ਨੂੰ, ਤੇ ਮੈਂ ਉਹਦਾ ਆਪਣੇ ਭਰਾਵਾਂ ਦੇ ਉਹ ਲੱਤਾਂ 'ਚ ਬਹਿ ਕੇ ਝੂਟੇ ਲਏ ਤੇ ਆਪ ਹੱਕੇ ਵੀ ਆ ਸਵਾਗੇ, ਫਿਰ ਕੁੱਟ ਵੀ ਖਾਧੀ ਹੈ ਜਦੋਂ ਕਿਤੇ ਉਹ ਸਵਾਗੇ ਦੇ ਉੱਤੇ ਖੜਨਾ, ਪਹਿਲਾਂ ਏਦਾਂ ਲੱਗਦਾ ਹੁੰਦਾ ਵੀ ਭਾਈ ਝੂਟੇ ਲੈਂਦਾ ਹਨਾ ਸੌਖਾ। ਮੇਰੇ ਭਰਾ ਨੇ ਮੈਨੂੰ ਦੱਸਣਾ ਜਦੋਂ ਸਿਖਾ ਲਿਆ ਸੀ ਤਾਂ ਕਹਿੰਦਾ ਤੁਸੀਂ ਕਹਿੰਦਾ ਝੂਟੇ ਲੈਂਦੇ ਆ, ਤੇ ਉਹਦੇ ਉੱਤੇ ਇੱਕ ਵਾਰੀ ਵੀ ਪੈਰ ਦਾ ਬੈਲੈਂਸ ਜਿਹੜਾ ਭਾਰ ਦਾ ਏਦਾਂ ਅੱਗੇ ਪਿੱਛੇ ਹੋ ਜਾਵੇ ਤਾਂ ਵਿੱਚ ਧੋੜੀ ਪੈ ਜਾਂਦੀ ਆ, ਤੇ ਫਿਰ ਪਰੈਣ ਵੀ ਪੈਂਦੀ ਗਿੱਟੇ ਦੇ ਉੱਤੇ, ਕੀ ਗੱਲ, ਤੇ ਲੱਤ ਸਿੱਧੀ ਨੀ ਰੱਖ ਹੁੰਦੀ। ਆਰਟ ਨਾ ਹਰੇਕ ਚੀਜ਼ ਦੇ ਵਿੱਚ, ਵੈਸੇ ਆਰਟ ਆ ਹਨਾ, ਹਾਂਜੀ ਦੇਖਣ ਨੂੰ ਬਹੁਤ ਸਿੰਪਲ ਜੀ ਗੱਲ ਲੱਗਦੀ ਵੀ ਬੰਦਾ ਲੱਕੜੀ ਦੇ ਸਵਾਗੇ ਦੇ ਉੱਤੇ ਖੜਾ ਤੇ ਬਸ ਖਰਿਆ, ਉਹਦੀ ਕੋਈ ਕਾਰਾਗਰੀ ਨੀ, ਪਰ ਜਹਾਜ਼ ਚਲਾਉਣ ਜਿੰਨੇ ਕੰਮ ਹੁੰਦਾ, ਬੈਲੈਂਸ ਪ੍ਰੈਸ਼ਰ ਰੱਖਣਾ ਪੈਂਦਾ। ਔਰ ਭਾਜੀ ਜਦੋਂ ਤੁਸੀਂ ਸਕੂਲੇ ਗਾਉਂਦੇ ਹੁੰਦੇ ਸੀ ਕਰਕੇ, ਆਬਵੀਅਸਲੀ ਮੈਂ ਜੋ ਗੱਲਬਾਤ ਤੁਹਾਡੇ ਬਾਰੇ ਪੜ੍ਹੀ ਹੈ ਉਹ ਦੱਸੋ ਕਿ ਸਭ ਤੋਂ ਪਹਿਲਾਂ ਐਕਚੁਅਲੀ ਤੁਹਾਡੇ ਕਿਹੜੇ ਸਿੰਗਰ ਦੀ ਆਵਾਜ਼ ਕੰਨ ਦੇ ਵਿੱਚ ਪਈ ਔਰ ਤੁਹਾਨੂੰ ਲਗਨ ਲੱਗੀ ਕਿ ਯਾ ਯੂ ਨੋ ਦਿਸ ਇਜ਼ ਮੈਂ ਇਹਦੇ ਵਾਂਗੂ ਗਾਉਣਾ ਚਾਹੁੰਦਾ ਜਾਣੀ? ਜੇ ਤਾਂ ਗੀਤਾਂ ਦੇ ਹਿਸਾਬ ਨਾਲ ਤਾਂ ਫਿਰ ਜਦੋਂ ਮੈਂ ਤਾਂ ਸਭ ਤੋਂ ਪਹਿਲਾਂ ਮੇਰੇ ਜਦੋਂ ਤਾਂ ਰੇਡੀਓ ਸੁਣਦੇ ਹੁੰਦੇ ਸੀ ਉਦੋਂ ਤਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਤੇ ਰੇਡੀਓ ਦੇ ਮਾਧਿਅਮ ਰਾਹੀਂ ਤਾਂ ਮੈਨੂੰ ਇਹ ਹੀ ਸੁਣਨ ਨੂੰ ਜ਼ਿਆਦਾ ਮਿਲੇ ਪਹਿਲਾਂ। ਫਿਰ ਇੱਕਦਮ ਸਪੀਕਰਾਂ ਦਾ ਹੋ ਗਿਆ ਜਿਹੜੇ ਕੋਠਿਆਂ ਤੇ ਵੱਜਦੇ ਹੁੰਦੇ, ਫਿਰ ਉਹਨਾਂ ਦੇ ਵਿੱਚ ਦੀ ਜਿੱਦਾਂ ਉਸਤਾਦ ਜਮਲਾ ਜੱਟ, ਕੁਲਦੀਪ ਮਾਨਕ, ਸੁਰਿੰਦਰ ਸ਼ਿੰਦਾ, ਇਹਨਾਂ ਦੇ ਮੁਹੰਮਦ ਸਦੀਕ, ਰਣਜੀਤ ਕੌਰ, ਇਹਨਾਂ ਦੇ ਗੀਤ ਬਹੁਤ ਵੱਜਦੇ ਹੁੰਦੇ ਸੀ, ਤੇ ਉਹਨਾਂ ਨੇ ਬਹੁਤ ਜਿਹੜੀ ਚੀਜ਼ ਤੁਹਾਡੇ ਆਲੇ ਦੁਆਲੇ ਵੱਜਦੀ ਉਹਦਾ ਫਿਰ ਅਸਰ ਤਾਂ ਤੁਹਾਡੇ ਤੇ ਆਟੋਮੈਟਿਕਲੀ। ਹਾਂਜੀ ਹਾਂਜੀ, ਪਹਿਲਾਂ ਕਿਹੜੇ ਗੀਤ ਦੇ ਨਾਲ ਤੁਹਾਡਾ, ਜਾਂ ਤੁਸੀਂ ਪਹਿਲਾਂ ਕਿਹੜਾ ਗੀਤ ਗਾਇਆ ਸਾਡੇ ਨਾਲ ਥੋੜਾ ਜਿਹਾ ਸ਼ੇਅਰ ਕਰੋਗੇ ਪਲੀਜ਼? ਇਦਾਂ ਮੈਂ ਆਪਣੇ ਆਪ ਲਈ, ਮੈਂ ਕਿਸੇ ਸਟੇਜਾਂ ਤੇ ਤਾਂ ਨਹੀਂ, ਹਾਂ ਨਹੀਂ ਉਦਾਂ ਵੈਸੇ ਹਨੇਰੇ ਦੇ ਵਿੱਚ ਜਾਂ ਮੱਝਾਂ ਚਾਰਨ ਵੇਲੇ। ਫਿਰ ਮਾਨਕ ਸਾਹਿਬ ਦੀਆਂ ਕਲੀਆਂ ਹੀ ਗਾਉਂਦੇ ਹੁੰਦੇ ਸੀ ਪਹਿਲਾਂ ਤਾਂ, ਇੱਕ ਤਾਂ ਮੈਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਮੈਨੂੰ ਉਹ ਸੂਟ ਕਰਦੀਆਂ ਆਪਣੀ ਆਵਾਜ਼ ਨੂੰ, ਕਿ ਪੱਧਰੇ ਖੱਤਿਆਂ ਦੇ ਵਿੱਚ ਫਿਰਦੇ ਹੁੰਦੇ ਸੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿਹੜਾ, ਹੁਣ ਤਾਂ ਸੁੱਖੀ ਹੋਣੀ ਸੁਰ ਚੈੱਕ ਕਰਦੇ, ਫਿਰ ਉਦੋਂ ਮੇਰੀ ਕੋਈ ਸੁਰ ਨਹੀਂ ਸੀ ਚੈੱਕ ਕਰਦਾ ਹੁੰਦਾ। ਇਹ ਵੀ ਕਰਦੇ ਬੜਾ ਔਖਾ ਕੰਮ ਆ ਹਨਾ, ਸੁਰ ਤੇ ਮੁੜ ਕੇ ਗੱਲ ਲਾਉਣੇ, ਪਰ ਸ਼ੇਅਰ ਕਰੋ ਭਾਈ ਸਾਡੇ ਨਾਲ ਪਲੀਜ਼ ਆਪਣੀ ਆਵਾਜ਼ ਦੇ। ਪਹਿਲਾਂ ਆਪਣੇ ਮੈਂ ਜਿਹੜੇ ਉਹਨਾਂ ਦੀ ਮਾਨਕ ਸਾਹਿਬ ਉਹਨਾਂ ਦੀ ਕਲੀ ਦੇ ਦੋ ਗੱਲ ਸੁਣ ਸਿਆਲਾ ਦੀ ਕੁੜੀ ਜੇ ਨੀ, ਮੂੰਹੋਂ ਮਿੱਠੀ ਜ਼ਹਿਰ ਦੀ ਇਹ ਪੁੜੀ ਜੇ ਨੀ, ਇਹਨੂੰ ਕਾਨੂੰ ਲਾਰਾ ਲਾਉਣਾ ਸੀ ਜੇ ਤੂੰ ਖੇੜੀ ਵਿਆਹ ਕਰਵਾਉਣਾ ਸੀ, ਗਲੀਆਂ ਵਿੱਚ ਰਾਂਝਾ ਰੋਲਤਾ ਹੋ ਚੱਕ ਚੰਮਣੀਰ ਡੋਲੀ ਬਹਿ ਗਈ ਖੇੜਿਆਂ ਦੀ, ਰਾਂਝੇ ਚਾਕ ਨੇ ਦੋ ਹੱਥੜ ਪੱਟੀ ਮਾਰੀ, ਹੋ ਟੁੱਟ ਗਈ ਯਾਰੀ ਤੇ ਮਨ ਮੁੜਿਆ ਮੁੜਿਆ ਲੱਗਦਾ ਨੀ, ਟੁੱਟ ਗਈ ਯਾਰੀ ਤੇ ਮਨ ਮੁੜਿਆ ਮੁੜਿਆ ਲੱਗਦਾ ਨੀ, ਹੈ ਨੀ ਅੱਖਾਂ ਦੇ ਵਿੱਚ ਪਹਿਲਾਂ ਵਾਲੀ ਤਾਰੀ। ਇਸ ਤਰ੍ਹਾਂ ਦੇ ਗੀਤ ਅਸੀਂ ਗਾਉਂਦੇ ਹੁੰਦੇ ਸੀ। ਦੈਟ ਇਜ਼ ਬ੍ਰਿਲੀਅੰਟ, ਦੈਟ ਇਜ਼ ਬ੍ਰਿਲੀਅੰਟ। ਅਸ਼ੀ ਸੋ ਕਦੀ ਮਾਨਕ ਸਾਹਿਬ ਦਾ ਜਦੋਂ ਕੋਈ ਬੰਦਾ ਪਹਿਲਾਂ ਗੀਤ ਸੋਚਦਾ ਕਹਿੰਦਾ ਸੌਖਾ ਲੱਗਦਾ, ਪਰ ਅਗਸਲੀ ਤੁਸੀਂ ਬੈਠ ਕੇ ਉਹਦੇ ਥੋੜੀ ਜਿਹੀ ਬਾਇਓਪਸੀ ਕਰੋ ਤਾਂ ਬੜੇ ਉਸਤਾਦ ਲੋਕ ਆ ਉਹਨਾਂ ਦੀ ਗਾਇਕੀ ਦੇ। ਉਹ ਬਹੁਤ ਜਦੋਂ ਉਹ ਵੀ ਗਾਉਂਦੇ ਸੀ ਤੁਸੀਂ ਦੇਖਿਆ ਉਹਨਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਗ ਹੀ ਹੁੰਦੇ, ਇੱਦਾਂ ਨਹੀਂ ਸੀ ਲੱਗਦਾ ਵੀ ਗਾਉਂਦੇ ਆ, ਜਿੰਮ ਚ ਆਏ ਲੱਗਦੇ ਹੁੰਦੇ। ਹਾਂਜੀ, ਇਹ ਤਾਂ ਜਿਹੜੀ ਕਲੀ ਹੋ ਗਏ। ਔਰ ਤੁਸੀਂ ਸੁੱਖ ਦਾ ਜ਼ਿਕਰ ਕੀਤਾ, ਟਰੂ ਸਕੂਲ, ਔਰ ਉਸ ਤੋਂ ਪਹਿਲਾਂ ਉਹਦੇ ਥਰੂ ਆਈ ਸਪੋਜ਼ ਤੁਹਾਡੀ ਸਾਡੇ ਨਾਲ ਜਾਂ ਮੀਡੀਆ ਦੇ ਨਾਲ ਮੇਲ ਬਾਤ ਹੋਈ, ਇਸ ਦੁਨੀਆ ਗਾਉਣ ਵਾਲੀ ਦੁਨੀਆ ਦੇ ਵਿੱਚ ਮੈਨੂੰ ਲੈ ਕੇ ਉਹ ਆਇਆ, ਉਹ ਦੱਸੋ ਥੋੜੀ ਕਰਕੇ, ਦਿਸ ਇੰਟਰਸਟਿੰਗ ਸਟੋਰੀ, ਪਹਿਲਾਂ ਕਿਹਨੂੰ ਲੈ ਕੇ ਆਇਆ ਸੀ ਤੁਹਾਡੇ ਕੋਲ, ਫਿਰ ਬਾਅਦ ਦੇ ਵਿੱਚ ਕੀ ਹੋਇਆ? ਦੈਟ ਵਾਸ ਇੰਟਰਸਟਿੰਗ। ਹਾਂਜੀ, ਉਹ ਮੈਂ ਆਪਣੇ ਕੰਮ ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਮੇਰੀ ਆਦਤ ਹੀ ਹੈ ਹਰੇਕ ਥਾਂ ਗਾਉਂਦਾ ਰਹਿਣਾ, ਹਾਂਜੀ ਹਾਂਜੀ, ਤੇ ਮੈਂ ਕੰਮ ਤੇ ਗਾਉਂਦਾ ਸੀਗਾ,
ਤੇ ਮੈਨੂੰ ਕਿਸੇ ਮੁੰਡੇ ਨੇ ਨੇੜੇ ਦੇਖਿਆ ਉਹ ਤਕਰੀਬਨ ਆਲੇ ਦੁਆਲੇ ਵਾਲੇ ਤਾਂ ਸਾਰੇ ਫਿਕਾ ਵਧੀਆ ਆਵੇ ਵਧੀਆ ਗਾਉਣਾ ਤੂੰ ਹਨਾ ਸੁਣਾ ਕੋਈ ਟੱਪਾ ਜਦੋਂ ਕਦੇ ਥੱਕੇ ਵੀ ਹੁੰਦੇ ਤੇ ਉਹ ਮੁੰਡੇ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਤੈਨੂੰ ਰਿਕਾਰਡ ਕਰਨਾ ਚਾਹੀਦਾ ਕਿਸੇ ਨਾ ਕਿਸੇ ਬੰਦੇ ਨੂੰ ਤੇ ਉਹ ਬੰਦਾ ਰਿਲੇਟਡ ਸੀਗਾ ਇਹਦੇ ਨਾਲ ਰਿਲੇਸ਼ਨਸ਼ਿਪ ਸੀ ਉਹਦੇ ਇਹਦਾ ਕਜ਼ਨ ਹੀ ਸੀਗਾ ਆਪਣੇ ਪੰਜਾਬੀ ਐਮ ਸੀ ਦਾ ਰਾਜ ਦਾ ਤੇ ਉਹ ਫਿਰ ਰਾਜ ਨੂੰ ਮੇਰੇ ਕੋਲ ਲੈ ਕੇ ਆਇਆ ਸੀਗਾ ਤੇ ਜਿੱਦਣ ਰਾਜ ਨੂੰ ਲੈ ਕੇ ਆਇਆ ਉਸੇ ਦਿਨ ਸੁਖੀ ਵੀ ਨਾਲ ਹੀ ਇਹਨਾਂ ਦੇ ਆਇਆ ਰਾਜ ਮੀਨਿੰਗ ਪੰਜਾਬੀ ਐਮਸੀ ਪੰਜਾਬੀ ਐਮਸੀ ਹਾਂਜੀ ਤੇ ਜਦੋਂ ਆਏ ਫਿਰ ਸੁਖੀ ਤਾਂ ਬਾਹਰ ਬੈਠਾ ਰਿਹਾ ਇਹ ਸੰਗ ਦਾ ਬਹੁਤ ਹੈ ਵੀ ਮੇਰੇ ਵਾਂਗੂ ਤੇ ਇਹ ਬਾਹਰ ਬੈਠਾ ਰਿਹਾ ਤੇ ਜਦ ਉਹ ਰਾਜ ਤੇ ਉਹ ਮੁੰਡਾ ਜਿਹੜਾ ਉਹਦਾ ਕਜ਼ਨ ਸੀ ਲੈ ਕੇ ਅੰਦਰ ਥੋੜੇ ਬਹੁਤੇ ਅਸੀਂ ਬਾਜੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਸਾਨੂੰ ਕੋਈ ਟ੍ਰਾਇਲ ਜਾਂ ਦੇ ਤੂੰ ਕਿੱਦਾਂ ਦਾ ਗਾਉਣਾ ਤੇ ਮੈਂ ਜਿੰਨਾ ਕੁ ਰੌਲਾ ਪਾ ਸਕਦਾ ਸੀ ਪਾਇਆ ਠੀਕ ਹੈ ਤੇ ਉਹ ਰੌਲਾ ਮੇਰਾ ਬਾਹਰ ਸੁਖੀ ਨੇ ਸੁਣ ਲਿਆ ਸੁਖੀ ਕੱਲਾ ਆ ਗਿਆ ਬਸ ਉਸ ਤੋਂ ਬਾਅਦ ਜੋ ਪੰਜਾਬੀ ਐਮਸੀ ਮਾਈਨਸ ਹੋ ਗਿਆ ਮੈਂ ਤਾਂ ਸੁਖੀ ਚੱਲੀ ਜਾਂਦੇ ਏਦਾਂ ਨੀ ਪਰ ਉਹ ਪੰਜਾਬੀ ਐਮਸੀ ਨਾਲ ਵੀ ਕੰਮ ਕੀਤਾ ਆਪਾਂ ਇਕੱਠੇ ਸੁਖ ਫਰੋਮ ਟਰੂ ਸਕੂਲ ਉਹ ਕਹਿੰਦਾ ਫਿਰ ਅੰਕਲ ਜੀ ਹੁਣ ਕੋਈ ਨੀ ਜਾਂ ਭਾਜੀ ਵੀ ਮੈਂ ਆਪਾਂ ਕਰਦੇ ਵੀ ਇਹਨਾਂ ਦੀ ਛੁੱਟੀ ਕਰੋ ਥੋੜੀ ਹਾਂਜੀ ਨਹੀਂ ਅੰਕਲ ਜੀ ਠੀਕ ਬਿਲਕੁਲ ਸਹੀ ਤੁਸੀਂ ਪਹਿਲਾਂ ਵਰਤਿਆ ਜਿਹੜਾ ਕਿਉਂਕਿ ਮੇਰੇ ਬੱਚਿਆਂ ਦੇ ਹਾਣੀ ਹੈ ਸਾਰੇ ਮੈਂ ਇਹਨਾਂ ਨੂੰ ਜਾਣੀ ਆਪਣੇ ਸਟਰੀਟਾਂ ਚ ਖੇਲਦੇ ਦੇ ਇੱਕੋ ਰੋਡ ਤੇ ਅਸੀਂ ਪਹਿਲਾਂ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਅਸੀਂ ਨੇੜੇ ਨੇੜੇ ਰੋਡ ਤੇ ਇਕੱਠੇ ਰਹਿੰਦੇ ਸੀ ਪਰ ਉਦੋਂ ਮੈਨੂੰ ਇੱਦਾਂ ਨੀ ਸੀ ਪਤਾ ਵੀ ਮੇਰਾ ਮਿਊਜ਼ਿਕ ਡਾਇਰੈਕਟਰ ਫਿਰਦਾ ਨਿੱਕੇ ਜੇ ਅਕਸ਼ ਤੁਹਾਡੀ ਸ਼ਾਪ ਹੁੰਦੀ ਸੀ ਸਵੀਟ ਉਦੋਂ ਸਵੀਟ ਸੂਟ ਦਿੰਦੇ ਸ਼ਾਪ ਤਾਂ ਬਹੁਤ ਲੇਟ ਹੈ ਤਾਂ ਅੱਛਾ ਠੀਕ ਹੈ ਹੁਣ ਜਦੋਂ ਪਹਿਲੀ ਵਰਡਸ ਮੈਂ ਕਿਹਾ ਪਹਿਲਾ ਮਿਊਜ਼ਿਕ ਡਾਇਰੈਕਟਰ ਨੂੰ ਸਵੀਟਾਂ ਦੇ ਚਾਰ ਪਾ ਲੈਣਾ ਸੀ ਵੀ ਆਜਾ ਕੱਕਾ ਮੇਰੇ ਗੀਤ ਰਿਕਾਰਡ ਕਰ ਦੋ ਬਹੁਤ ਛੋਟੇ ਸੀ ਜਾਣਦਾ ਨੇ ਉਦਾਂ ਮੈਨੂੰ ਪਤਾ ਸੀ ਵੀ ਸਾਡਾ ਉਹ ਸਾਰੇ ਇੰਡੀਅਨ ਫੈਮਿਲੀ ਇਕੱਠੀਆਂ ਰਹਿੰਦੀਆਂ ਹੁੰਦੀ ਸੀ ਨੇੜੇ ਨੇੜੇ ਸਾਰੇ ਓਕੇ ਰਾਈਟ ਓਕੇ ਵੀ ਆਰ ਇਨ ਕਨਵਰਸੇਸ਼ਨ ਵਿਦ ਦ ਗ੍ਰੇਟ ਕੁਲਵਿੰਦਰ ਜੌਲ ਆਈ ਵੀ ਗੋਇੰ ਟੂ ਗੋ ਟੂ ਸ਼ੋਰਟ ਬ੍ਰੇਕ ਐਂਡ ਵੀ ਵਿਲ ਬੀ ਬੈਕ ਆਫਟਰ ਥਿਸ ਨਾਓ ਹੀ ਹੈਜ਼ ਮੈਟ ਹਿਸ ਮਿਊਜ਼ਿਕ ਡਾਇਰੈਕਟਰ ਸੁਖ ਫਰੋਮ ਟਰੂ ਸਕੂਲ ਵੈਨ ਹੀ ਵਾਸ ਮੇਬੀ 10 9 ਵੀ ਵਿਲ ਬੀ ਬੈਕ ਆਫਟਰ ਥਿਸ